ਧੁੰਦ ਦੇ ਕਾਰਨ ਆਰਮੀ ਦੇ ਲੈਫਟੀਨੈਂਟ ਦੀ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋਈ ਹੈ। ਸੜਕ ਦੇ ਉੱਪਰ ਪਲਟ ਜਾਂਦੀ ਹੈ ਗੱਡੀ ਤੇ ਦੱਸਿਆ ਜਾ ਰਿਹਾ ਕਿ ਆਰਮੀ ਦੇ ਲੈਫਟੀਨੈਂਟ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਤੇ ਉਹਨਾਂ ਦੇ ਸਾਥੀ ਕੈਪਟਨ ਜੋ ਕਿ ਉਹਨਾਂ ਦੀ ਗੱਡੀ ਦੇ ਵਿੱਚ ਹੀ ਮੌਜੂਦ ਸੀ ਉਹ ਕਾਫੀ ਗੰਭੀਰ ਜ਼ਖਮੀ ਨੇ ਤੇ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ। ਘਟਨਾ ਜਲੰਧਰ ਦੇ ਪਤਾਰਾ ਦੇ ਨਜ਼ਦੀਕ ਵਾਪਰੀ ਹੈ ਜਿੱਥੇ ਕਿ ਹਰੀਪੁਰ ਰੇਂਜ ਤੋਂ ਹੈ ਆਰਮੀ ਦੇ ਅਫਸਰ ਆਪਣੇ ਹੈੱਡ ਆਫਿਸ ਜਲੰਧਰ ਕੈਂਟ ਜਾ ਰਹੇ ਸੀ ਤੇ ਰਾਹ ਦੇ ਵਿੱਚ ਪਤਾਰਾ ਦੇ ਕੋਲ ਹਾਦਸਾ ਵਾਪਰਦਾ। ਉਹਨਾਂ ਦੀ ਗੱਡੀ ਧੁੰਦ ਦੇ ਕਾਰਨ ਹਾਦਸੇ ਦਾ ਸ਼ਿਕਾਰ ਹੁੰਦੀ ਹੈ। ਰਾਤ ਦੇ 1:30 ਵਜੇ ਦਾ ਸਮਾਂ ਸੀ ਜਦੋਂ ਉਹਨਾਂ ਦੀ ਗੱਡੀ ਦੇ ਨਾਲ ਮੰਦਭਾਗਾ ਹਾਦਸਾ ਵਾਪਰਿਆ। ਗੱਡੀ ਪਲਟੀ ਹੈ ਤੇ ਮੌਕੇ ਤੇ ਹੀ ਆਰਮੀ ਦੇ ਲੈਫਟੀਨੈਂਟ ਦੀ ਜਾਨ ਜਾ ਚੁੱਕੀ ਹੈ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਕੈਪਟਨ ਜੋ ਉਸ ਗੱਡੀ ਦੇ ਵਿੱਚ ਮੌਜੂਦ ਸੀਗੇ ਉਹਨਾਂ ਦੀ ਹਾਲਤ ਗੰਭੀਰ ਹੈ ਤੇ ਉਹਨਾਂ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ। ਦੱਸੇ ਕਿ ਮ੍ਰਿਤਕ ਲੈਫਟੀਨੈਂਟ ਦੀ ਪਛਾਣ ਅਕਸ਼ਤ ਦੱਸੀ ਜਾ ਰਹੀ ਹੈ ਜੋ ਕਿ ਹਰਿਆਣਾ ਦੇ ਰਹਿਣ ਵਾਲੇ ਸੀ ਤੇ ਉਹਨਾਂ ਦੇ ਨਾਲ ਜੋ ਗੰਭੀਰ ਹੋਏ ਨੇ ਉਹਨਾਂ ਦੇ ਸਾਥੀ ਆਰਮੀ ਦੇ ਵਿੱਚ ਕੈਪਟਨ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਨਾਂ ਯੁਵਰਾਜ ਹੈ ਜੋ ਕਿ ਹਰਿਆਣਾ ਜੋ ਕਿ ਰਾਜਸਥਾਨ ਦੇ ਨਾਗੌਰ ਦੇ ਰਹਿਣ ਵਾਲੇ ਸੀ ਤੇ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹੁਣ ਹਸਪਤਾਲ ਦਾਖਲ ਕਰਵਾ ਦਿੱਤਾ। ਧੁੰਦ ਨਾਲ ਆਏ ਦਿਨ ਅਜਿਹੇ ਹਾਦਸੇ ਵਾਪਰਦੇ ਰਹਿੰਦੇ ਨੇ, ਕਈਆਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਨੇ, ਕਈ ਗੰਭੀਰ ਫੱਟੜ ਹੋ ਜਾਂਦੇ ਨੇ। ਦੱਸੇ ਕਿ ਅਜਿਹਾ ਹੀ ਇੱਕ ਮੰਦਭਾਗਾ ਹਾਦਸਾ ਆਰਮੀ ਦੇ ਲੈਫਟੀਨੈਂਟ ਦੇ ਨਾਲ ਵਾਪਰਿਆ ਜੋ ਕਿ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਦੇਰ ਰਾਤ ਤੇ 1:30 ਵਜੇ ਦੇ ਕਰੀਬ ਜਲੰਧਰ ਕੈਂਟ ਆਪਣੇ ਹੈੱਡ ਆਫਿਸ ਜਾ ਰਹੇ ਸੀ ਤੇ ਰਾਹ ਦੇ ਵਿੱਚ ਉਹਨਾਂ ਦੀ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਤੇ ਉਹਨਾਂ ਦੀ ਗੱਡੀ ਪਲਟ ਜਾਂਦੀ ਹੈ ਤੇ ਉਹਨਾਂ ਦੇ ਨਾਲ ਬੈਠੇ ਹੋਏ ਸਾਥੀ ਜੋ ਕਿ ਕੈਪਟਨ ਨੇ ਆਰਮੀ ਦੇ ਵਿੱਚ ਜ਼ਖਮੀ ਹੁੰਦੇ ਨੇ ਤੇ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਉਣਾ ਪੈਂਦਾ ਹੈ। ਦੱਸਦੀ ਕਿ ਮ੍ਰਿਤਕ ਆਰਮੀ ਦੇ ਲੈਫਟੀਨੈਂਟ ਨੂੰ ਫਿਲਹਾਲ ਪੋਸਟਮਾਰਟਮ ਤੋਂ ਬਾਅਦ ਅਗਲੀ ਕਾਰਵਾਈ ਦੇ ਲਈ ਆਰਮੀ ਦੇ ਅਫਸਰਾਂ ਦੇ ਵੱਲੋਂ ਲਿਜਾਇਆ ਗਿਆ। ਤੁਸੀਂ ਵੀ ਸੁਣੋ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਕੀ ਜਾਣਕਾਰੀ ਦਿੱਤੀ ਜਾ ਰਹੀ ਹੈ। ਅਸੀਂ ਸਮੇਂ ਹੁਣ ਦੇ ਵਿੱਚ ਆ ਰਹੇ ਸੀਗੇ, ਹਰੀਪੁਰ ਤੋਂ ਜਾ ਰਹੇ ਸੀ, ਅੱਛਾ ਆਪਣੇ ਤੇ ਕੈਂਟੋਂ ਆ ਰਹੇ। ਠੀਕ ਹੈ, ਜਿਹਨਾਂ ਦੀ ਮੌਤ ਹੋਈ ਹੈ ਇਹਨਾਂ ਦਾ ਨਾਮ ਕੀ ਤੇ ਕਿਹੜੇ ਰੈਜੀਮੈਂਟ ਤੋਂ ਸੀਗੇ? ਅੱਛੇ ਅਦਰਸ਼ਕ ਸੀਗੇ ਇਹਨਾਂ 18 ਸਿੱਖ ਰੈਜੀਮੈਂਟ ਤੋਂ। ਸਿੱਖ ਰੈਜੀਮੈਂਟ ਤੋਂ ਸੀਗੇ ਤੇ ਕਾਰਨ ਕੀ? ਧੁੰਦਾ ਕਰਨ। ਤੇ ਕਿੰਨੇ ਜਣੇ ਸੀਗੇ ਕਾਰਨ? 2 ਜਣੇ। ਤੇ ਦੂਸਰੇ ਅਸਲ ਜਿਹੜੇ ਇਲਾਜ ਨੇ? 9 ਜਿਹੜੇ ਇਲਾਜ। ਤੇ ਹੁਣ ਕਾਰਵਾਈ ਕੀ ਕੀਤੀ ਜਾ ਰਹੀ ਹੈ? 174 ਕੀਤੀ ਹੈ। 174 ਦੀ ਹੈ। ਨਾਮ ਦੁਬਾਰਾ ਰਿਪੀਟ ਕਰ ਦਿਓ ਤੇ ਕਿੱਥੇ ਦੇ ਰਹਿਣ ਵਾਲੇ? ਅਦਰਸ਼ਕ ਸ੍ਰੀ ਹਸਾਰ। ਅਦਰਸ਼ਕ? ਹਾਂਜੀ, ਅਦਰਸ਼ਕ ਨਾਮ ਅਦਰਸ਼ਕ ਲੈਫਟੀਨੈਂਟ ਨੇ। ਲੈਫਟੀਨੈਂਟ ਹੈ। ਠੀਕ ਹੈ ਜੀ। ਤੇ ਹਸਾਰ ਤੋਂ ਆਪਣੇ ਹਰਿਆਣੇ ਤੋਂ ਹਰਿਆਣੇ ਤੋਂ ਨੇ, ਉੱਥੇ ਦੇ ਰਹਿਣ ਵਾਲੇ ਨੇ। ਉਮਰ ਕਿੰਨੀ ਇਹਨਾਂ ਦੀ? ਇਹਨਾਂ ਦੀ ਹੈਗੀ ਹੈ 21। ਤੇ ਕਾਰ ਕਿਹੜੀ ਸੀਗੀ ਜਿਹਨਾਂ ਦੀ? ਪ੍ਰਾਈਵੇਟ ਸੀਗੀ ਜਾਂ ਆਰਮੀ ਦੀ ਸੀਗੀ? ਪ੍ਰਾਈਵੇਟ।